नमस्कार दोस्तों, फास्ट न्यूज में आपका स्वागत है। आज हम पहुंचे हैं बस स्टैंड, जो कि केंद्र सरकार के खिलाफ नारे लगाते हुए महंगाई बढ़ गई है, मजदूर यूनियन की तरफ से धरना प्रदर्शन लगाते हुए आपको दिखा रहे हैं तस्वीरों में। वाली मोदी सरकार जो कि यूनियन की तरफ से धरना प्रदर्शन सरकार की लोग मारू नीति दिखा रहे हैं तस्वीरों में, आप देख सकते हो। केंद्र सरकार की लोग मारू नीतियां मुर्दाबाद, मोदी सरकार का जंगल राज नहीं चलेगा, इनकलाब जिंदाबाद, मजदूर मुलाजिम यूनियन जिंदाबाद, मजदूर मुलाजिम छात्र दुकानदार एकता जिंदाबाद, ट्रेड यूनियन एकता जिंदाबाद। ਬਲਜੀਤ ਸਿੰਘ ਸਾਹੀ, ਜਨਰਲ ਸੈਕਟਰੀ ਪੰਜਾਬ ਐਂਡ ਚੰਡੀਗੜ੍ਹ ਮੈਡੀਕਲ ਐਂਡ ਸਿਹਤ ਰਿਪ੍ਰਜੈਂਟੇਟਿਵ ਪੰਜਾਬ। ਅੱਜ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਕਿਉਂਕਿ ਪਿਛਲੀ ਗੌਰਮੈਂਟ ਨੇ ਜੋ ਲਾਜ਼ ਦੇ ਵਿੱਚ ਅਮੈਂਡਮੈਂਟ ਕੀਤੀ ਹੈ, 44 ਜਿਹੜੇ ਹੈਗੇ ਸੀ ਕਾਨੂੰਨ ਉਹਨਾਂ ਨੂੰ ਬਦਲ ਕੇ ਇਹਨਾਂ ਨੇ ਕੋਰਟ ਦਾ ਰੂਪ ਦਿੱਤਾ, 4 ਦੇ ਦਿੱਤਾ, 4 ਬਣਾ ਦਿੱਤੇ। ਇਹਦੇ ਨਾਲ ਸਾਡੀ ਵਰਕਰ ਕਮਿਊਨਿਟੀ ਨੂੰ ਬਹੁਤ ਵੱਡਾ ਲੌਸ ਹੈਗਾ ਪੂਰੇ ਅਗੇਂਸਟ। ਇਸ ਤੋਂ ਇਲਾਵਾ ਸਾਡੀਆਂ ਬਹੁਤ ਸਾਰੀਆਂ ਡਿਮਾਂਡਸ ਹੈਗੀਆਂ ਨੇ, ਜਿਸ ਤਰ੍ਹਾਂ 8 ਆਵਰਸ ਵਰਕਿੰਗ, ਦੇਸ਼ ਆਜ਼ਾਦ ਹੋਏ ਨੂੰ ਤਕਰੀਬਨ 47 ਦੇ ਵਿੱਚ ਆਜ਼ਾਦ ਹੋਇਆ, 70 ਸਾਲ ਤੋਂ ਜ਼ਿਆਦਾ ਸਮਾਂ ਹੋਇਆ, 8 ਘੰਟੇ ਦਾ ਜਿਹੜਾ ਅਧਿਕਾਰ ਸਾਨੂੰ ਇੰਪਲੀਮੈਂਟ ਗੌਰਮੈਂਟ ਵੱਲੋਂ ਮਿਲਣਾ ਚਾਹੀਦਾ, ਜਿਹੜਾ ਕਿ ਅੱਜ ਤੱਕ ਨਹੀਂ ਮਿਲਣਾ। ਪਿੱਛੇ ਅਸੀਂ 26 ਸਰਕਾਰ ਤੋਂ ਤੁਹਾਡੀ ਕੀ ਮੰਗ ਹੈ? ਸਾਡੀ ਸਰਕਾਰ ਤੋਂ ਇਹ ਮੰਗ ਹੈਗੀ ਹੈ ਕਿ ਸਾਡੇ ਸਾਥੀਆਂ ਨੂੰ ਇੱਕ ਤਾਂ ਅਧਿਕਾਰ ਮਿਲਣਾ ਚਾਹੀਦਾ, ਦੂਸਰਾ ਇਹ ਹੋਣਾ ਚਾਹੀਦਾ ਹੈ ਕਿ ਹਾਈਲੀ ਸਕਿੱਲਡ ਦੇ ਵਿੱਚ ਸਾਨੂੰ ਪੈਣਾ ਚਾਹੀਦਾ ਹੈ, ਕਿਉਂਕਿ ਸਾਡੇ ਜਿੰਨੇ ਵੀ ਮੈਡੀਕਲ ਰਿਪ੍ਰਜੈਂਟੇਟਿਵ ਹੈਗੇ ਨੇ ਗ੍ਰੈਜੂਏਟ ਪੋਸਟ ਗ੍ਰੈਜੂਏਟ ਦੇ ਡਿਗਰੀਆਂ ਹੈਗੀਆਂ ਨੇ, ਹਾਈਲੀ ਸਕਿੱਲਡ ਵਿੱਚ ਪੈਣਾ ਚਾਹੀਦਾ। ਫਿਲਹਾਲ ਇਹਨਾਂ ਨੇ ਜੋ ਸਰਕਾਰ ਤੁਹਾਡੀ ਮੰਗ ਨਾ ਮੰਗੇ ਫਿਰ ਤੁਸੀਂ ਕੀ ਕਰੋਗੇ? ਅਸੀਂ ਪਹਿਲਾਂ ਵੀ ਲੇਬਰ ਕਮਿਸ਼ਨ ਨੂੰ ਮੈਮੋਰੈਂਡਮ ਦੇ ਕੇ ਆਏ ਹਾਂ, ਔਰ 20 ਦਿਨ ਦਾ ਅਸੀਂ ਅਲਟੀਮੇਟਮ ਦੇ ਕੇ ਆਏ ਹਾਂ ਦਸੰਬਰ ਦੇ ਵਿੱਚ ਚੰਡੀਗੜ੍ਹ ਮੈਮੋਰੈਂਡਮ ਦੇ ਕੇ ਆਏ ਸੀ। ਇਸ ਤੋਂ ਬਾਅਦ ਅਸੀਂ ਆਪਣੇ ਲੰਬੀ ਇੱਕ ਐਜੀਟੇਸ਼ਨ ਕਰਾਂਗੇ ਇਹਦੇ ਅਗੇਂਸਟ, ਇਹਨਾਂ ਨੂੰ ਮਨਾਉਣ ਦੇ ਵਾਸਤੇ ਅਸੀਂ ਲੰਬੀ ਐਜੀਟੇਸ਼ਨ 'ਤੇ ਜਾਵਾਂਗੇ। ਹਾਂਜੀ ਸਰ, ਮੈਂ ਸੁਖਵਿੰਦਰ ਸਿੰਘ ਸੇਖੋਂ, ਸਟੇਟ ਸੈਕਟਰੀ ਸੀਪੀਆਈਐਮ ਪੰਜਾਬ। ਅੱਜ ਸਾਰੇ ਦੇਸ਼ ਵਿੱਚ ਟ੍ਰੇਡ ਯੂਨੀਅਨਾਂ ਵੱਲੋਂ ਹੜਤਾਲ, ਅਤੇ ਦੇਸ਼ ਦੀਆਂ 250 ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੇਂਡੂ ਭਾਰਤ ਬੰਦ ਕਰਨ ਦਾ ਸੱਦਾ ਹੈ। ਔਰ ਮੋਦੀ ਸਰਕਾਰ ਦੀਆਂ ਜਿਹੜੀਆਂ ਕਾਰਪੋਰੇਟ ਘਰਾਣਿਆਂ ਨੂੰ ਪਾਲਣ ਵਾਲੀਆਂ ਨੀਤੀਆਂ ਦੇ ਵਿਰੋਧ ਵਿੱਚ 45 ਸਾਲਾਂ ਦਾ ਜਿਹੜਾ ਬੇਰੁਜ਼ਗਾਰੀ ਦਾ ਰਿਕਾਰਡ ਟੁੱਟ ਗਿਆ ਇਸ ਰਾਜ ਦੇ ਅੰਦਰ, ਵਿੱਦਿਅਕ ਅਦਾਰਿਆਂ ਦੇ ਅੰਦਰ ਵਿਦਿਆਰਥੀਆਂ ਦੇ ਉੱਤੇ ਜੋ ਗੁੰਡਾ ਹਮਲੇ ਹੋ ਰਹੇ ਨੇ ਉਹਨਾਂ ਦੇ ਵਿਰੋਧ ਵਿੱਚ, ਅਤੇ ਜਿਹੜਾ ਦੇਸ਼ ਦੇ ਅੰਦਰ ਜ਼ਬਰਦਸਤੀ ਫਿਰਕਾ ਪ੍ਰਸਤੀ ਦੇ ਆਧਾਰ ਦੇ ਉੱਤੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਲੈ ਕੇ ਆਉਂਦਾ, ਉਹਨੂੰ ਸਮਾਪਤ ਕਰਨ ਦੇ ਵਾਸਤੇ ਅੱਜ ਦੇਸ਼ ਅੰਦਰ ਸਾਰੇ ਨਾਗਰਿਕ ਆ ਜਿਹੜੇ ਉਹ ਲੜਾਈ ਦੇ ਮੈਦਾਨ ਵਿੱਚ। ਔਰ ਅੱਜ ਭਾਰਤ ਦੇ ਅੰਦਰ ਜਿਹੜਾ ਅੱਜ ਦਾ ਤੁਸੀਂ ਧਰਨਾ ਰੱਖਿਆ, ਅਤੇ ਆਪਣਾ ਕਿੱਥੇ ਤੁਸੀਂ ਧਰਨਾ ਲੈ ਕੇ ਜਾ ਰਹੇ ਹੋ ਅਤੇ ਕਿੱਥੇ ਸਮਾਪਤ ਕਰੋਗੇ? ਬੱਸ ਸਟੈਂਡ ਜਾਣਾ, ਫਿਰ ਅੱਗੇ ਪੂਜ ਕਰਾਂਗੇ, ਕਿੱਧਰ ਨੂੰ ਜਾਣਾ ਉੱਥੇ ਡਿਸਾਈਡ ਕਰਾਂਗੇ। ਜਿੰਦਾਬਾਦ, 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 ਜਿੰਦਾਬਾਦ।
ਸਰਕਾਰ ਮੁਰਦਾਬਾਦ 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 ਹਮਲਾ ਕਰਨ ਵਾਲੀ ਸਰਕਾਰ ਮੁਰਦਾਬਾਦ 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 ਜਿੰਦਾਬਾਦ 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 ਮੁਰਦਾਬਾਦ ਮੁਰਦਾਬਾਦ ਸਰਕਾਰ ਮੁਰਦਾਬਾਦ 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 ਗੁਨਾਹਗਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਜਿੰਦਾਬਾਦ ਸਰਕਾਰ ਹਾਏ 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 ਸਪੀਟੋ ਹਾਏ 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 ਮੋਦੀ ਸਰਕਾਰ ਹਾਏ 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 ਮੋਦੀ ਸਰਕਾਰ ਹਾਏ 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 ਜੋਰ ਸਪੀਟੋ ਹਾਏ 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 ਇਨਕਲਾਬ ਜਿੰਦਾਬਾਦ 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 ਇਨਕਲਾਬ ਜਿੰਦਾਬਾਦ 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 ਰੈਡ ਯੂਨੀਅਨ ਇਕੱਠਾ ਜਿੰਦਾਬਾਦ 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 ਰੈਡ ਯੂਨੀਅਨ ਇਕੱਠਾ ਜਿੰਦਾਬਾਦ ਸਰਕਾਰ ਮੁਰਦਾ।